हाँ जी बीजी, सत श्रीकाल जी। सत श्रीकाल जी बीजी, पहले थोड़ा बहुत बहुत स्वागत है थोड़ा जी। बीजी व्यापार कर दे जी? हाँ जी, व्यापार करते। तो किन्ना टाइम हो गया बीजी करदे नूं? जी आपां नूं 2004 दे करदे। 2004 आपां दे होणी आए हां, डैडी होणी करदे 2004। अच्छा ठीक है जी, मंजे गई दो जी। चलो बीजी फिर नाम ते एड्रेस अपना जी। नाम जी डैडी दा ते बलबीर सिंह आ। हां जी। भीरा बाई दा। ठीक है जी। पिंड अपना तूर जी। हां जी। तहसील आई नाला जी। ठीक है। ठीक। ਵੀਜੀ ਅੱਜ ਪਸ਼ੂ ਕਿੰਨੇ ਸੇਲ ਹੈ ਜੀ ਆਪਣੇ ਕੋਲ? ਆਪਣੇ ਕੋਲ 4 ਪਸ਼ੂ ਹੈ। ਚਲੋ ਸ਼ੁਰੂ ਕਰ ਦਿੰਦੇ ਹਾਂ ਕਰਦੇ। ਇਹ ਕਿੰਨੇ ਸੂਏ ਵੀਜੀ ਇਹ? ਇਹ ਬਾਈ ਦੂਜੇ ਸੂਏ ਸੁਣੀ ਜੀ। ਦੂਜਾ ਸੁਣੀ ਹੈ ਜੀ। ਠੀਕ ਹੈ ਜੀ। ਤੇ ਕਿੰਨਾ ਟਾਈਮ ਲੈ ਜੂ ਬਾਈ ਇਹ? ਇਹ ਬਾਈ ਜੀ ਇਹਨਾਂ ਲੈ ਹੀ ਜਾਣਾ ਮਹੀਨਾ ਡੇਢ ਮਹੀਨਾ। ਮਹੀਨੇ ਡੇਢ ਮਹੀਨੇ ਲੈ ਜੂ, ਕੱਚੀ ਆ ਜਾਣਾ। ਤੇ ਖੋਲੋ ਵੀਜੀ ਫਿਰ ਮਾਣਾ ਜਾਨੂੰ। ਖੋਲੋ ਜੀ। ਚਲੋ ਵੀਜੀ ਦੇਖੋ। ਆ ਦੇਖੋ। ਤੇ ਕਿੰਨੇ ਦੁੱਧ ਵਾਲੀ ਵੀਜੀ ਇਹ? ਇਹ ਬਾਈ ਉਹਨਾਂ 14 ਪਲੱਸ ਦੱਸੀ ਸੀ ਆਪਾਂ ਨੂੰ। 14 ਪਲੱਸ। ਠੀਕ ਹੈ ਜੀ। ਪਹਿਲੇ ਸੂਏ ਦਾ? ਹਾਂਜੀ ਹਾਂਜੀ। ਕਿ ਦੂਜਾ ਸੂਆ ਸੋਣੀ? ਦੂਜਾ ਸੂਆ ਸੋਣੀ। ਆ ਦੇਖੋ ਵੀ ਜੀ, ਆ ਦੇਖੋ ਜੀ, ਬਸ ਲਿਆ ਜੀ ਬਾਈ, ਲਿਆ ਲਿਆ ਮੋੜ ਲਓ। ਤੂੰ ਗਰੰਟੀ ਤੁਹਾਡੀ ਵੀਰ ਜੀ ਪੂਰੀ? ਹਾਂਜੀ ਹਾਂਜੀ, ਉਹਨਾਂ ਆਪਾਂ ਨੂੰ ਗਰੰਟੀ ਦਿੱਤੀ। ਹਾਂ ਤੁਹਾਨੂੰ ਬਿਲਕੁਲ ਸਹੀ ਹੈ ਜੀ। ਹਾਂਜੀ ਹਾਂਜੀ, ਖਾਣ ਪਾਣ ਠੀਕ ਹੈ। ਹਾਂ ਕੋਈ ਭਾਰ ਭੂਰ ਦੀ ਕੋਈ ਸ਼ਿਕਾਇਤ ਦਾ ਤੇ ਵੀਰ ਜੀ ਜੋ ਕਿਸੇ ਚੀਜ਼ ਦਾ ਕੋਈ? ਹਾਂਜੀ ਹਾਂ। ਆ ਦੇਖੋ ਤੇ ਵੀਰ ਜੀ, ਪਰ ਇਹਦੀ ਕੀਮਤ ਸਹੀ ਕਿੰਨੀ ਹੈ ਜੀ? ਕੀਮਤ ਇਹਨਾਂ ਦੋਨਾਂ ਦੀ ਇਕੱਠੀ ਦੱਸ ਦਿੰਦਾ ਮੈਂ। ਅੱਛਾ ਇਕੱਠੀ ਦੱਸ ਦਿਓ, ਉਹਦੇ ਬਾਰੇ ਦੱਸ ਦਿਓ। ਚਲੋ ਉਹ ਵੀ ਕੱਪਣੀ ਹੈ ਜੀ? ਹਾਂਜੀ ਉਹ ਵੀ। ਕਿੰਨਾ ਟਾਈਮ ਲੈਂਦੀ ਜੀ? ਉਹ ਵੀ ਮਹੀਨਾ ਕੁ ਲੈਂਦੀ। ਅੱਛਾ ਮਹੀਨਾ ਹੀ ਲਾਓਗੀ? ਠੀਕ ਹੈ। ਇਹ ਵੀ ਖੋਲੋ ਜੀ। ਤੇ ਸੂਆ ਬਾਈ ਜੀ, ਇਹ ਵੀ? ਇਹ ਵੀ ਦੂਜਾ ਸੂਆ। ਇਹ ਵੀ ਦੂਜਾ ਸੂਆ ਜੀ, ਆਹ ਵੀ ਦੇਖੋ ਜੀ। ਬਸ ਲਿਆਓ ਵੀ ਜੀ, ਲਿਆਓ। ਬਾਕੀ ਠੰਡੀਆਂ ਸੀਲ ਨੇ ਜੀ। ਠੀਕ ਹੈ ਜੀ। ਹਾਂਜੀ ਦੱਸੋ ਜੀ, ਇਹਨੇ ਬਾਈ ਜੀ 10 ਲੀਟਰ ਦੁੱਧ ਦਿੱਤਾ ਸੀ ਪਹਿਲੇ ਸੂਏ। ਅੱਛਾ ਪਹਿਲੇ ਸੂਏ। ਠੀਕ ਹੈ ਜੀ। ਚਲੋ ਇੰਨੇ ਕਿ ਮਨੇ ਚੱਲੀ ਆਪਾਂ ਦੂਜੇ 10-12 ਲੀਟਰ ਮਨੇ ਚੱਲੀਏ ਜੀ। ਤੇ ਕੀਮਤ ਹੁਣ ਦੋਵਾਂ ਦੀ ਜੀ? ਕੀਮਤ ਦੋਨਾਂ 1.5 ਲੱਖ ਰੁਪਏ। 1.5 ਲੱਖ ਰੁਪਈਆ, 75,000 ਰੁਪਈਆ। ਬਾਕੀ ਕੋਈ ਮੁੱਖ ਦੀ ਜੀ? ਥੋੜਾ ਬਹੁਤ ਹੋ ਜੂਗਾ। ਠੀਕ ਹੈ, ਇੱਧਰ ਆ ਜੂ ਜੀ। ਤਾਂ ਹੋਰ ਇਹਨੇ ਵਿੱਚ ਕਿਹੜੀ ਸੇਲ ਹੈ ਜੀ? ਠੀਕ ਹੈ। ਇਹ ਕਿੰਨੇ ਟਾਈਮ ਲੈਂਦੀ ਜੀ? ਇੱਕ ਮਹੀਨਾ। ਠੀਕ ਹੈ ਜੀ। ਬਾਲੀ ਕੱਚੀ ਖਰੀਦ ਦਿੰਦੇ ਹੈ ਜੀ? ਆ ਦੇਖੋ ਜੀ, ਤੇ ਸੂਆ ਕਿੰਨਾ ਭਾਅ ਜੀ ਇਹ? ਤੀਜਾ ਸੂਆ ਹੈ ਜੀ। ਤੇ ਕਿੰਨੇ ਕੁ ਦੁੱਧ ਵਾਲੀ ਹੈ ਜੀ ਇਹ? ਇਹ ਵੀ 14 ਲੀਟਰ ਕੱਢੂਗੀ। 14 ਲੀਟਰ ਕਰੂਗੀ। ਠੀਕ ਹੈ ਜੀ। ਤੇ ਫਿਰ ਇਹਦੀ ਕੀਮਤ ਜੀ? ਇਹਦੀ ਬਾਈ 80,000 ਰੁਪਇਆ ਕਰਦੀ। 80,000 ਰੁਪਇਆ। ਠੀਕ ਹੈ ਜੀ। ਨਾਲ ਦੀ ਵਾਲੇ ਪਤੇ ਇਹ ਵੀ ਸੇਲ ਕਰਨੀ ਜੀ? ਨਹੀਂ ਇਹ ਕਰਦੀ ਹੈ। ਅੱਛਾ ਇਹ ਕਰਦੀ ਹੈ ਜੀ। ਠੀਕ ਹੈ ਜੀ। ਠੀਕ। ਤੇ ਆਲੀ ਜੀ? ਅੱਛਾ ਅੱਜ ਹੀ ਸੂਈ ਹੈ ਜੀ। ਠੀਕ ਹੈ ਜੀ। ਤੇ ਕਿੰਨੇ ਦੁੱਧ ਵਾਲੀ ਬਾਈ ਜੀ ਇਹ? ਕਰੂਗੀ 14-15 ਲੀਟਰ। 14-15 ਲੀਟਰ ਹੈ ਜੀ। ਮੈਂ ਲੰਮੀ ਤੁਰਾਂ ਭਾਅ ਜੀ ਮਾੜਾ ਜੀ। ਬਸ ਲਿਆਓ ਜੀ, ਲਿਆਓ ਲਿਆਓ ਭਾਅ ਜੀ। ਸੂਆ ਜੀ? ਤੀਜਾ। ਤੇ ਚੁਆਈ ਜੀ ਬਿਲਕੁਲ ਸਹੀ ਹੈ ਜੀ? ਬੰਦ ਵੀ ਜੀ, ਉੱਥੇ ਬੰਦ ਹੋ ਲਿਆ ਜੀ। ਆ ਵੀ ਜੀ ਦੇਖੋ ਥਾਂ ਲੇਵਾ। ਆ ਦੇ ਕਟਾ ਆ ਗਿਆ ਮਗਰ ਹੈ ਜੀ? ਹਾਂਜੀ ਕਟਾ ਆ ਗਿਆ। ਠੀਕ ਵੀਰ ਜੀ, ਫਿਰ ਇਹਦੀ ਕੀਮਤ ਜੀ? 85 ਦੀ ਦੇ ਦਾਂਗੇ। ਇਹ 85,000 ਦੀ। ਬਾਕੀ ਮੌਕੇ ਦਾ ਕੋਈ ਮਾਨਦਨ? ਜੈ ਜੀ, ਨਹੀਂ ਥੋੜ੍ਹਾ ਬਹੁਤਾ ਮਾਨਦਨ ਚਲੋ ਹੋਊਗਾ ਮੌਕੇ ਦੇ। ਬਸ ਆਹੀ ਪਸੂ ਵੀਰ ਜੀ। ਚਲੋ ਵੀਰ ਜੀ ਦੇਖੋ, ਇੱਕ ਥਾਂ ਲਵੇ ਫਿਰ ਚੈੱਕ ਕਰੋ। ਆ ਦੇਖੋ, ਆ ਦੇਖੋ ਜੀ, ਬੜੀ ਜਲ ਬੱਚਾ ਲਾ ਲਓ, ਮਾੜਾ ਚੈੱਕ ਕਰਾ ਦਿਓ। ਲਾ ਲਓ ਲਾ ਲਓ।
ਤਾਰਾ ਤੁਰਾ ਮਾਰੀ ਮਾਰ ਲਓ ਜੀ। ਚਲੋ ਜੀ ਲਾ ਲਓ ਮਾੜਾ ਜਿਹਾ। ਮੈਂ ਮਾੜੀ ਮਾੜੀ ਧਾਰਾ ਮਾਰ ਕੇ ਵਿਖਾ ਰਿਹਾ। ਚਲੋ ਇਹਨੇ ਗਰੰਟੀ ਜੀ ਹੋ ਜਾਂਦੀ ਹੈ ਜੀ। ਦਿਖਾ ਲਓ ਬਾਠੀ ਮਗਰੋਂ ਮਾਰ ਲਓ ਬਾਠੀ। ਠੀਕ ਹੈ ਜੀ। ਚਲੋ ਵੀ ਜੀ ਆਹ ਪਸ਼ੂ ਹੈ ਜੀ, ਚੈੱਕ ਕਰ ਲਓ ਇੱਕ ਵਾਰੀ ਫਿਰ ਜੀ। ਠੀਕ ਹੈ ਜੀ, ਜਾਂ ਥਾਣੇ ਫਿਰ ਇੱਕ ਵਾਰੀ ਵੇਚ ਲਓ। ਆ ਜਾਓ ਵੀ ਜੀ। ਠੀਕ ਹੈ, ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਹੋਣਾ ਸ਼ੁਰੂਆਤ ਕੀਤੀ ਫਿਰ ਹਾਂਜੀ ਸ਼ੁਰੂ ਡੈਡੀ ਹੋਣਾ ਨੂੰ ਆਪਾਂ ਤਾਂ ਹੁਣ ਹੀ ਆਏ ਆ। ਠੀਕ ਹੈ ਜੀ, ਇਹ 2004 ਬਾਈ ਫਿਰ ਤੁਸੀਂ 2004 ਤੋਂ ਤੁਸੀਂ ਲੱਗੇ ਜੀ? ਹਾਂਜੀ ਹਾਂਜੀ। ਠੀਕ ਹੈ ਜੀ, ਤੇ ਫਿਰ ਵਧੀਆ ਪਸ਼ੂ ਵੇਚੇ। ਕਿਹੜੇ ਇਲਾਕੇ ਪਸ਼ੂ ਲੈ ਕੇ ਆਉਂਦੇ ਰਹੇ ਜੀ? ਇੱਥੋਂ ਲਾਗੋ ਬੰਨੋ ਲੈਂਦੇ ਰਹੇ ਜੀ। ਲਾਗੋ ਬੰਨੋ, ਬਾਹਰ ਬੂਰ ਨਹੀਂ ਗਏ ਕਦੇ? ਨਹੀਂ ਬਾਹਰ ਜਾਂਦੇ ਰਹੇ ਆ, ਪਹਿਲਾਂ ਲਿਆਉਂਦੇ ਰਹੇ ਆ। ਅੱਛਾ ਜੀ, ਅੱਛਾ। ਮਾਲਵੇ ਦੇ ਵੀ ਆਉਂਦੀਆਂ ਰਹੀਆਂ ਮੱਝਾਂ। ਠੀਕ ਹੈ ਜੀ, ਠੀਕ ਹੈ। ਬਾਕੀ ਫਿਰ ਆਪਣੇ ਇਲਾਕੇ ਚੋਂ ਖਰੀਦਦੇ ਰਹੇ। ਹਾਂਜੀ ਹਾਂ, ਪਰ ਚਲੋ ਇੱਧਰ ਮਾਲ ਵਾਧੂ ਮਿਲਣ ਲੱਗ ਗਿਆ ਜੀ ਫਿਰ। ਠੀਕ ਹੈ ਜੀ, ਠੀਕ ਹੈ। ਚਲੋ ਚਲੋ ਵੀਰ ਜੀ, ਫਿਰ ਨੰਬਰ ਆਪਣਾ ਇੱਕ ਵਾਰੀ ਫਿਰ ਬੋਲ ਦਿਓ ਜੀ। ਨੰਬਰ ਆਪਣਾ ਜੀ 98-56-97-8-45। ਹਾਂਜੀ 98-55-93-9-12 ਇਹ ਨੰਬਰ 'ਤੇ ਦੋਵਾਂ ਵਟਸਐਪ ਚੱਲਦੇ। ਚਲੋ ਜਿਸ ਤਰ੍ਹਾਂ ਵੀ ਗੱਲਬਾਤ ਤੁਸੀਂ ਕਰ ਲਿਆ ਜੀ। ਹਾਂਜੀ, ਠੀਕ, ਸਤਿ ਸ਼੍ਰੀ ਅਕਾਲ ਜੀ।